ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸਿੱਖ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, 22 ਤਰੀਕ ਨੂੰ ਜਿਹੜਾ ਸੰਤੋਖ ਸਰ ਗੁਰਦੁਆਰਾ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਸਿੱਖ ਜਥੇਬੰਦੀਆਂ ਦਾ, ਵੱਧ ਤੋਂ ਵੱਧ ਸਿੱਖ ਸੰਗਤਾਂ ਜਥੇਬੰਦੀਆਂ ਹੋਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਜਿਹੜੇ ਇਹ ਸਿੰਘਾਂ ਨੇ ਇਹ ਬਹੁਤ ਵੱਡਾ ਕਾਰਜ ਕੀਤਾ ਬੁੱਤਾਂ ਦਾ, ਇਹਨਾਂ ਦੀ ਰਿਹਾਈ ਵਾਸਤੇ ਜੋ ਵੀ ਵੱਧ ਤੋਂ ਵੱਧ ਯੋਗਦਾਨ ਸਿੱਖ ਸੰਗਤਾਂ ਵੱਧ ਤੋਂ ਵੱਧ ਹੱਲਾ ਮਾਰਨ, ਇਹ ਬੇਨਤੀ ਕੀਤੀ ਜਾਂਦੀ ਹੈ। 22 ਤਰੀਕ ਨੂੰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਪਹੁੰਚਣ। ਅਸੀਂ ਬੱਚਿਆਂ ਨੂੰ ਮੁਲਾਕਾਤ ਅੱਜ ਵੀ ਕਰਕੇ ਆਏ ਹਾਂ, ਖਾਲਸੇ ਦੀ ਮੁਲਾਕਾਤ ਸਿੰਘਾਂ ਦੀ ਕਰਕੇ ਆਏ ਹਾਂ। ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਜੇਲ੍ਹ ਦੇ ਅੰਦਰ, ਸਤਿਗੁਰਾਂ ਦੀ ਅਪਾਰ ਕਿਰਪਾ। ਅਤੇ ਬਾਕੀ ਬੇਨਤੀ ਇਹ ਹੈ ਵੀ ਜੋ ਸਾਡਾ ਸਿੱਖ ਸੰਗਤਾਂ ਦਾ ਫਰਜ਼ ਬਣਦਾ ਉਹ ਵੱਧ ਚੜ੍ਹ ਕੇ ਅਸੀਂ ਹੱਲਾ ਮਾਰੀਏ, ਜਿੰਨੀ ਦੇਰ ਤੱਕ ਇਹ ਪਰਚੇ ਖਾਰਜ ਨਹੀਂ ਸਰਕਾਰ ਕਰਦੀ। ਇਹ ਪ੍ਰਸ਼ਾਸਨ ਬਹੁਤ ਗਲਤ ਕਰ ਰਿਹਾ, ਧੱਕੇ ਕਰ ਰਿਹਾ। ਜਿਵੇਂ ਅੱਜ ਤੱਕ ਪਿੱਛੇ ਵੇਖ ਲਓ, ਜਿਹੜੇ ਵੀ ਕੇਸ ਪ੍ਰਸ਼ਾਸਨ ਨੇ ਧੱਕੇ ਕੀਤੇ ਸੀ ਸਿੰਘਾਂ ਦੇ ਉੱਤੇ, ਗੁਰੂ ਕੇ ਸਿੱਖਾਂ ਦੇ ਉੱਤੇ, ਉਹ ਅੱਜ ਤੱਕ ਪ੍ਰਸ਼ਾਸਨ ਨੂੰ ਸਜ਼ਾ ਹੋਈ ਆ। ਜਿੰਨਾ ਵੀ ਐਕਸ਼ਨ ਲਿਆ, ਅਸੀਂ ਇਹਨਾਂ ਦੇ ਉੱਤੇ ਪੂਰਾ ਐਕਸ਼ਨ ਲਵਾਂਗੇ, ਹਾਈ ਕੋਰਟ ਵੀ ਜਾਵਾਂਗੇ। ਦੂਜੀ ਬੇਨਤੀ ਆ, ਅਸੀਂ ਧਰਨਾ ਜਿਹੜਾ ਲਾ ਰਹੇ ਹਾਂ ਜਥੇਬੰਦੀ ਦੇ ਨਾਲ ਗੱਲ ਕਰਕੇ, 22 ਤਰੀਕ ਨੂੰ ਸਾਰਾ ਜਿਹੜੀ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ, ਫੈਸਲਾ ਲੈ ਰਹੇ ਹਾਂ। ਜੋ ਵੀ ਇਹ ਵਿਚਾਰ ਹੋਏਗੀ, ਅਸੀਂ ਪੱਕੇ ਤੌਰ 'ਤੇ ਉੱਥੇ ਧਰਨਾ ਮਾਰਾਂਗੇ, ਜਿੰਨੀ ਦੇਰ ਤੱਕ ਬੁੱਤ ਪੁੱਟੇ ਨਾ ਗਏ, ਜਿੰਨੀ ਦੇਰ ਤੱਕ ਇਹ ਬੱਚਿਆਂ ਨੂੰ ਇਹਨਾਂ ਸਿੰਘਾਂ ਨੂੰ ਰਿਹਾ ਨਾ ਕੀਤਾ ਗਿਆ, ਉਨੀ ਦੇਰ ਤੱਕ ਅਸੀਂ ਉਹ ਧਰਨਾ ਚੁੱਕਾਂਗੇ ਨਹੀਂ। ਹਾਂਜੀ ਖਾਲਸਾ ਜੀ, ਇੱਕ ਹੋਰ ਬੇਨਤੀ ਜ਼ਰੂਰੀ ਕੀਤੀ ਜਾਂਦੀ ਹੈ, ਜਿਹੜਾ ਸ਼ਹੀਦ ਊਧਮ ਸਿੰਘ ਦਾ ਬੁੱਤ ਲੱਗਾ ਜਲ੍ਹਿਆਂਵਾਲੇ ਬਾਗ, ਉਹਨੂੰ ਵੀ ਢੱਕ ਦਿੱਤਾ ਗਿਆ। ਇਹ ਵੀ ਬਹੁਤ ਵੱਡੀ ਗਲਤ ਗੱਲ ਆ। ਸਾਡੇ ਸ਼ਹੀਦਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਇਹ ਇਤਿਹਾਸ ਦੇ ਉੱਤੇ ਪਰਦੇ ਪਾਏ ਜਾ ਰਹੇ ਨੇ, ਨਿਰੀ ਬੁੱਤਾਂ ਦੀ ਗੱਲ ਨਹੀਂ, ਇਹ ਬਹੁਤ ਕੁਝ ਹੋ ਰਿਹਾ। ਹੁਣ ਕੀ ਕੀਤਾ ਜਾ ਰਿਹਾ ਕਿ ਇੱਕ ਜਿਹੜਾ ਰੇਲਵੇ ਸਟੇਸ਼ਨ ਦੇ ਉੱਤੇ ਕਮਲ ਦਾ ਫੁੱਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਭ ਕੁਝ ਗੁਰੂ ਕੇ ਪਿਆਰ ਹੋਏ ਬਹੁਤ ਗਲਤ ਹੋ ਰਿਹਾ, ਇੱਕ ਮੁੱਦਾ ਨਹੀਂ ਬਹੁਤ ਕੁਛ ਆ। ਅਸੀਂ ਜੇ ਹੁਣ ਇਹਨਾਂ ਨੂੰ ਠੱਲ ਨਾ ਪਾਈ ਤਾਂ ਗੁਰੂ ਕੇ ਪਿਆਰ ਆਉਣ ਵਾਲਾ ਸਮਾਂ ਜਿਹੜਾ ਹੋਰ ਭਿਆਨਕ ਹੋ ਸਕਦਾ ਹੈ। ਇਸ ਵਾਸਤੇ ਸਾਰੇ ਵੱਧ ਚੜ੍ਹ ਕੇ ਸਿੱਖ ਸੰਗਤਾਂ ਸਾਥ ਦਿਓ, ਇਹ ਕਾਰਜ ਜਿਹੜਾ ਵਾ ਸਿੰਘਾਂ ਦੀ ਰਿਹਾਈ ਦਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਬਾਈ ਜੇ ਤਾਂ ਸਰਕਾਰ ਬਰੀ ਕਰੇ ਤਾਂ ਇਹ ਸੰਘਰਸ਼ ਜਿਹੜਾ ਇਹ ਜਿਹੜੀਆਂ ਸਾਰੀਆਂ ਮੰਗਾਂ ਨੇ ਇਹਨਾਂ ਨੂੰ ਸਰਕਾਰ ਮੰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।